ਇਸ ਮਹਾਨ ਕੁਦਰਤ ਦੀਆਂ ਖੂਬਸੂਰਤ ਥਾਵਾਂ ਇਸ ਦੇ ਬਣਾਉਣ ਵਾਲੇ ਰਚਨਹਾਰ ਅਤੇ ਕਾਦਰ ਵੱਲ ਇੱਕ ਖਿੱਚ ਪੈਦਾ ਕਰਦੀ ਹੈ। ਅਤੇ ਜੇ ਇਹਨਾਂ ਹੀ ਖੂਬਸੂਰਤ ਥਾਵਾਂ ਉੱਪਰ ਰੱਬ ਨਾਲ ਜੋੜਨ ਵਾਲਿਆਂ ਦੇ ਚਰਨ ਪੈ ਜਾਵਣ ਤਾਂ ਇਹ ਥਾਵਾਂ ਮੁਕੱਦਸ ਬਣ ਜਾਂਦੀਆਂ ਹਨ। ਇੱਕ ਅਜਿਹੀ ਥਾਂ ਬ੍ਰਹਮਜ਼ਈ ਜੋ ਪਿਸ਼ਾਵਰ ਤੋਂ ਲਗਭਗ 225 ਕਿਲੋਮੀਟਰ ਦੂਰ ਪਾਕਿਸਤਾਨ ਦੇ ਨੌਰਥ ਵੈਸਟ ਫਰੰਟੀਅਰ ਦੇ ਇਲਾਕੇ ਖੈਬਰ ਪਖਤੂਨਖਵਾ ਦੇ ਵਿੱਚ ਹੈ। ਇੱਥੇ ਸਤਿਗੁਰੂ ਨਾਨਕ ਜੀ ਆਪਣੀ ਚੌਥੀ ਉਦਾਸੀ ਵੇਲੇ ਅਫਗਾਨਿਸਤਾਨ ਤੋਂ ਹੁੰਦਿਆਂ ਹੋਇਆਂ ਪਾੜਾ ਚਿਨਾਰ ਅਤੇ ਮਾਲੀ ਖੇਲ ਤੋਂ ਬਾਅਦ ਇੱਥੇ ਪਾਰ ਉਤਾਰਾ ਕੀਤਾ ਅਤੇ ਆਪਣੇ ਚਰਨ ਛੋ ਪਾ ਕੇ ਇਸ ਜਗ੍ਹਾ ਨੂੰ ਸੁਭਾਗੀ ਕੀਤਾ। ਇਹ ਅਸਥਾਨ ਕਦੋਂ ਬਣਿਆ ਹੈ ਇਸ ਦੀ ਅਸਲ ਹਕੀਕਤ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਪਰ ਪੁਰਾਤਨ ਕਿਤਾਬਾਂ ਵਿੱਚ ਇਸ ਜਗ੍ਹਾ ਦਾ ਜ਼ਿਕਰ ਮੌਜੂਦ ਹੈ। ਅਫਗਾਨਿਸਤਾਨ ਦੇ ਕਰੀਬ ਹੋਣ ਕਾਰਨ ਇਹ ਇਲਾਕਾ ਕਾਫੀ ਸਮਾਂ ਤੋਂ ਸੁਰਖ ਲਫਜ਼ਾਂ ਵਿੱਚ ਰਿਹਾ, ਪਰ ਇਸ ਗੁਰੂ ਘਰ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਇਆ ਗਿਆ, ਬਲਕਿ ਪਾਕਿਸਤਾਨ ਆਰਮੀ ਅਤੇ ਪਾਕਿਸਤਾਨ ਦੀ ਗੌਰਮੈਂਟ ਵੱਲੋਂ ਕੁਝ ਸਮਾਂ ਪਹਿਲਾਂ ਇੱਥੇ ਨਿਵਾਸ ਬਣਾਏ ਗਏ। ਇਸੇ ਹੀ ਗੁਰੂ ਘਰ ਤੋਂ ਕੁਝ ਕਿਲੋਮੀਟਰ ਦੂਰ ਸੱਦਾ ਸ਼ਹਿਰ ਮੌਜੂਦ ਹੈ। 1947 ਵਿੱਚ ਜਦੋਂ ਪੂਰੇ ਪਾਕਿਸਤਾਨ ਵਿੱਚੋਂ ਸਭ ਸਿੰਘ ਚਲੇ ਗਏ ਤਾਂ ਇਸੇ ਹੀ ਸ਼ਹਿਰ ਦੇ ਸਿੰਘਾਂ ਨੇ ਨਾ ਸਿਰਫ ਨਾ ਜਾਵਣ ਦਾ ਫੈਸਲਾ ਕੀਤਾ, ਬਲਕਿ ਬਾਅਦ ਵਿੱਚ ਨਨਕਾਣਾ ਸਾਹਿਬ ਵਿੱਚ ਆਬਾਦ ਹੋਏ। ਇੱਥੇ ਦੇ ਵਾਸੀਆਂ ਵਿੱਚੋਂ ਹੀ ਈਸ਼ਰ ਸਿੰਘ ਸਨ ਜਿਨ੍ਹਾਂ ਨੇ ਬਾਅਦ ਵਿੱਚ ਨਨਕਾਣਾ ਸਾਹਿਬ ਦੀ ਲਗਭਗ 50 ਸਾਲ ਸੇਵਾ ਕੀਤੀ। ਨਨਕਾਣਾ ਸਾਹਿਬ ਤੋਂ ਲਗਭਗ 1000 ਕਿਲੋਮੀਟਰ ਦੂਰ ਸੱਦਾ ਔਰ ਪਾੜਾ ਚਿਨਾਰ ਦੇ ਦਰਮਿਆਨ ਇਹ ਜਗ੍ਹਾ ਬ੍ਰਹਮਜ਼ਈ, ਜਿੱਥੇ ਅੱਜ ਤੋਂ 500 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਅਸਥਾਨ ਉੱਪਰ ਆ ਕੇ ਉਤਾਰਾ ਕੀਤਾ। ਇਸ ਮੜ ਟੋਏ ਦੇ ਕਰੀਬ ਉਹਨਾਂ ਨੇ ਵਿਸ਼ਰਾਮ ਕੀਤਾ ਔਰ ਇੱਥੇ ਦੇ ਲੋਕਾਂ ਨੂੰ ਪ੍ਰਭੂ ਪਰਮਾਤਮਾ ਨਾਲ ਜੋੜਿਆ। ਉਦੋਂ ਤੋਂ ਹੀ ਇੱਥੇ ਇੱਕ ਅਸਥਾਨ ਬਣ ਗਿਆ ਜਿਸ ਦਾ ਨਾਮ ਕੋਠਾ ਸਾਹਿਬ ਰੱਖਿਆ ਗਿਆ, ਜਿਹਨੂੰ ਹੁਣ ਤੱਲਾ ਸਾਹਿਬ ਕਹਿੰਦੇ ਨੇ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖ ਇੱਥੇ ਕਦ ਆਬਾਦ ਹੋਏ, ਅਤੇ ਇਸੇ ਹੀ ਸਵਾਲ ਨੂੰ ਲੈ ਕੇ ਆਪਣੀ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਉਸ ਥਾਂ ਲੈ ਕੇ ਜਾਵਾਂਗੇ ਜਿੱਥੇ ਨਾ ਸਿਰਫ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਰਨ ਪਾਏ, ਬਲਕਿ ਗੁਰੂ ਅੰਗਦ ਦੇਵ ਜੀ ਦੇ ਵੰਸ਼ ਵਿੱਚੋਂ ਨਾ ਸਿਰਫ ਇੱਥੇ ਆਬਾਦ ਹੋਏ ਬਲਕਿ ਸਿੱਖੀ ਦਾ ਪ੍ਰਚਾਰ ਵੀ ਕੀਤਾ।